ਭਾਰਤੀ ਜਨਤਾ ਪਾਰਟੀ ਜਿੰਦਾਬਾਦ, ਭਾਰਤੀ ਜਨਤਾ ਪਾਰਟੀ ਜਿੰਦਾਬਾਦ। ਤੀਸਰੀ ਵਾਰੀ ਭਾਰਤੀ ਜਨਤਾ ਪਾਰਟੀ ਹਰਿਆਣਾ ਦੇ ਵਿੱਚ ਹੈਟ੍ਰਿਕ ਬਣਾਈ ਹੈ ਔਰ ਇਤਿਹਾਸ ਰਚਿਆ ਹੈ, ਔਰ ਇਹ ਦੱਸਦਾ ਹੈ ਕਿ ਵੀ ਭਾਰਤੀ ਜਨਤਾ ਪਾਰਟੀ ਦੀ ਨੀਤੀਆਂ ਦੀ ਜਿੱਤ ਹੈ। ਸ਼੍ਰੀ ਨਰਿੰਦਰ ਮੋਦੀ ਸਾਡੇ ਪ੍ਰਧਾਨ ਮੰਤਰੀ ਜੀ, ਉਹਨਾਂ ਦੀ ਅਗਵਾਈ ਦੀ ਜਿੱਤ ਹੈ ਕਿ ਵੀ ਉਹਨਾਂ ਦੇ ਵਿੱਚ ਹਰਿਆਣਾ ਦੇ ਲੋਕਾਂ ਨੇ, ਹਰਿਆਣਾ ਦੇ ਸੂਝਵਾਨ ਵੋਟਰਾਂ ਨੇ ਵਿਸ਼ਵਾਸ ਵਿਅਕਤ ਕੀਤਾ ਹੈਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ, ਜਿਹੜਾ ਹਰਿਆਣਾ ਯੂਨਿਟ ਹੈਗਾ, ਉਹਦੇ ਵਿੱਚ ਹਰਿਆਣਾ ਸਰਕਾਰ ਜਿਹੜੀ ਹੈ ਹੋਰ ਜਨਤਾ ਦੀਆਂ ਭਲਾਈ ਦੀ ਕੰਮ ਕਰੇਗੀ। ਬਹੁਤ ਬਹੁਤ ਵਧਾਈ ਹਰਿਆਣਾ ਦੇ ਲੋਕਾਂ ਨੂੰ, ਬਹੁਤ ਬਹੁਤ ਵਧਾਈ। ਔਰ ਜੰਮੂ ਕਸ਼ਮੀਰ ਦੇ ਵਿੱਚ ਮੈਂ ਕਹਾਂ ਕਿ ਉੱਥੇ ਵੀ ਇੱਕ ਲੋਕਤੰਤਰ ਦੀ ਜਿੱਤ ਹੋਈ ਹੈ। 370 ਤਾਰਾ ਨਿਰਸਤ ਹੋਣ ਤੋਂ ਬਾਅਦ ਲੋਕਾਂ ਨੇ ਉੱਥੇ ਖੁੱਲ੍ਹ ਕੇ ਮਤਾਧਿਕਾਰ ਦਾ ਜਿਹੜਾ ਹੈਗਾ ਪ੍ਰਯੋਗ ਕੀਤਾ ਹੈਗਾ, ਔਰ ਅਨਪ੍ਰੈਸੀਡੈਂਟਿਡ ਜਿਹੜੀ ਹੈਗੀ ਹੈ ਪੋਲਿੰਗ ਹੋਈ ਹੈ। ਸੋ ਉੱਥੇ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਨੂੰ ਵਿਪਕਸ਼ ਦੀ ਭੂਮਿਕਾ ਮਿਲੀ ਹੈ। ਉੱਥੇ ਜਿਹੜਾ ਹੈਗਾ ਨੈਸ਼ਨਲ ਕਾਨਫਰੰਸ ਔਰ ਕਾਂਗਰਸ ਜਿਹੜੀ ਹੈ ਇਕੱਠੇ ਮਿਲ ਕੇ ਲੜੀ ਸੀ, ਉਹਨਾਂ ਨੂੰ ਅਕਸਰੀਅਤ ਆਈ ਹੈ। ਸੋ ਮੈਂ ਕਹਾਂਗਾ ਇਹੀ ਭਾਰਤ ਦੇ ਲੋਕਤੰਤਰ ਦੀ ਖੂਬਸੂਰਤੀ ਹੈ। ਸੋ ਲੋਕਤੰਤਰ ਦੇ ਇਸ ਪਰਵ ਦੇ ਵਿੱਚ ਜਿਹੜਾ ਹੈਗਾ, ਮੈਂ ਜੰਮੂ ਕਸ਼ਮੀਰ ਦੇ ਸੂਝਵਾਨ ਵੋਟਰਾਂ ਨੂੰ ਵੀ ਵਧਾਈ ਦਿੰਦਾ, ਭਾਰਤੀ ਜਨਤਾ ਪਾਰਟੀ ਦੇ ਜਿਹੜੇ ਜੇਤੂ ਉਮੀਦਵਾਰ ਹੋਏ ਹੈ ਉਹਨਾਂ ਨੂੰ ਵੀ ਵਧਾਈ। ਧੰਨਵਾਦ। ਹਰਿਆਣਾ ਦੇ ਅੰਦਰ ਬੀਜੇਪੀ ਦੀ ਜਿੱਤ ਦੇ ਨਾਲ ਕਾਰਜਕਰਤਾ ਸਾਡਾ ਜਿਹੜਾ ਉਹ ਬਹੁਤ ਉਤਸ਼ਾਹਿਤ ਹੈ। ਇਕੱਲੇ ਹਰਿਆਣਾ 'ਚੋਂ ਹੀ ਨਹੀਂ, ਪੂਰੇ ਹਿੰਦੁਸਤਾਨ ਦੇ ਅੰਦਰ ਹਰਿਆਣਾ ਦੀ ਜਿੱਤ ਨਾਲ ਸਾਡੇ ਜਿਹੜਾ ਕਾਰਜਕਰਤਾ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਬਹੁਤ ਉਤਸ਼ਾਹਿਤ ਹੈ। ਲੇਕਿਨ ਹਰਿਆਣਾ ਦੇ ਬਾਰੇ ਮੈਂ ਇੱਕ ਗੱਲ ਜ਼ਰੂਰ ਕਹਾਂਗਾ, ਉੱਥੇ ਦੀ ਕਾਂਗਰਸ ਨੇ ਭਰਮ ਜ਼ਰੂਰ ਫੈਲਾਇਆ ਸੀਗਾ ਵੀ ਆਉਣ ਵਾਲੀ ਜਿਹੜੀ ਸਰਕਾਰ ਹੈ ਉਹ ਕਾਂਗਰਸ ਦੀ ਆਏਗੀ। ਲੋਕਾਂ ਨੇ ਜਿਹੜਾ ਉਹ ਤੀਸਰੀ ਵਾਰ ਫਤਵਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੂੰ ਦਿੱਤਾ। ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਨੇ ਉੱਥੇ ਬਹੁਤ ਜ਼ਿਆਦਾ ਜੀ ਜਾਨ ਨਾਲ ਕੰਮ ਕੀਤਾ। ਭਾਰਤੀ ਜਨਤਾ ਪਾਰਟੀ ਦੀ ਪਾਨੀਪਤ ਸ਼ਹਿਰੀ ਦੀ ਸੀਟ JP ਨੱਡਾ ਜੀ ਨੇ ਮੈਨੂੰ ਪ੍ਰਭਾਰੀ ਦੇ ਨਾਤੇ ਭੇਜਿਆ ਸੀਗਾ, ਅਤੇ ਮੈਂ ਹਮੇਸ਼ਾ ਹੀ ਇਹ ਜਦੋਂ ਅਨੈਲਿਸਿਸ ਹੁੰਦਾ ਸੀ ਉਦੋਂ ਕਹਿੰਦਾ ਸੀਗਾ ਵੀ ਭਾਰਤੀ ਜਨਤਾ ਪਾਰਟੀ ਤੀਸਰੀ ਵਾਰ ਜਿਹੜੀ ਹਰਿਆਣਾ ਦੇ ਅੰਦਰ ਸਰਕਾਰ ਬਣਾਏਗੀ, ਕਿਉਂਕਿ ਸਾਡੇ ਕਾਰਜਕਰਤਾ ਉੱਥੇ ਜੀ ਜਾਨ ਦੇ ਨਾਲ ਜਿਹੜਾ ਉਹ ਕੰਮ ਕਰਦੇ ਪਏ ਸੀ। ਉੱਥੇ ਦੀਆਂ ਜਿਹੜੀਆਂ ਨੀਤੀਆਂ ਜਿਹੜੀਆਂ ਸਾਡੀ ਭਾਰਤੀ ਜਨਤਾ ਪਾਰਟੀ ਦੀਆਂ ਸੀਗੀਆਂ, ਚਾਹੇ ਉਹ ਖੱਟਰ ਸਰਕਾਰ ਦੀਆਂ ਸੀਗੀਆਂ, ਚਾਹੇ ਉਹ ਮੁੱਖ ਮੰਤਰੀ ਨਾਇਬ ਸੈਣੀ ਸਾਹਿਬ ਦੀਆਂ ਸੀਗੀਆਂ, ਉੱਥੇ ਕਾਫੀ ਲੋਕਾਂ ਨੇ ਜਿਹੜੀਆਂ ਉਹ ਪਸੰਦ ਕੀਤੀਆਂ। ਇਸ ਲਈ ਹਰਿਆਣਾ ਦੇ ਅੰਦਰ ਜਿਹੜੀ ਹੈ ਅਸੀਂ ਉਹ ਸਰਕਾਰ ਬਣਾ ਪਾਏ। ਇਹ ਸਾਰਾ ਸ਼੍ਰੇ ਕਾਰਜਕਰਤਾਵਾਂ ਨੂੰ ਜਾਂਦਾ ਜਿਨ੍ਹਾਂ ਨੇ ਬਹੁਤ ਹੀ ਅੱਛੇ ਢੰਗ ਨਾਲ ਕੰਮ ਕੀਤਾ। ਬਹੁਤ ਅੱਛਾ ਲੱਗ ਰਿਹਾ, ਅਸੀਂ ਪਿਛਲੇ 50 ਸਾਲ ਤੋਂ ਪਾਰਟੀ ਦਾ ਕੰਮ ਕਰਦੇ ਦੇਖ ਰਹੇ ਹਾਂ। ਸਭ ਤੋਂ ਵੱਡੀ ਗੱਲ ਹੈ ਹਿੰਦੁਸਤਾਨ ਦੀਆਂ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ BJP ਹੈਟ੍ਰਿਕ ਕਰ ਰਹੀ ਹੈ, ਜਿਹਦੇ 'ਚ ਇੱਕ ਹਰਿਆਣਾ ਵੀ ਸ਼ਾਮਿਲ ਹੋ ਗਿਆ। ਪਹਿਲੇ ਗੁਜਰਾਤ ਸੀ, ਮੱਧ ਪ੍ਰਦੇਸ਼ ਸੀ। ਇਹ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਹਰਿਆਣਾ ਵੀ ਅੱਜ ਸ਼ਾਮਿਲ ਹੋਇਆ ਹੈਟ੍ਰਿਕ ਦੇ ਵਿੱਚ। ਇਹ ਸਾਰੇ ਕਾਰਜਕਰਤਾ ਦੀ ਮਿਹਨਤ ਹੈ, ਉੱਥੋਂ ਦੀ ਮੈਨੇਜਮੈਂਟ ਹੈ, ਜਿਹੜਾ ਨਰਿੰਦਰ ਮੋਦੀ ਜੀ ਦਾ ਨੇਤ੍ਰਿਤਵ ਹੈ, JP ਨੱਡਾ ਜੀ ਦਾ ਨੇਤ੍ਰਿਤਵ ਹੈ, ਉਹਦਾ ਅੱਜ ਇਹ ਰਿਜ਼ਲਟ ਹੈ ਕਿ ਅਸੀਂ ਅੱਜ ਸਾਰੇ ਖੁਸ਼ੀ ਮਨਾਉਣ ਦੇ ਵਿੱਚ ਹਾਂ ਕਿ ਇਸ ਭਾਰਤੀ ਜਨਤਾ ਪਾਰਟੀ ਹੈਟ੍ਰਿਕ ਕਰਕੇ ਤੀਸਰੀ ਵਾਰ ਬਹੁਤ ਪੂਰਨ ਬਹੁਮਤ ਨਾਲ, ਜਿਹੜੀ ਕਿ ਪਹਿਲੇ ਦੋ ਵਾਰੀ ਪੂਰਨ ਬਹੁਮਤ ਨਾਲ ਨਹੀਂ ਸੀ, ਐਸ ਕੀ ਪੂਰਨ ਬਹੁਮਤ ਨਾਲ ਸਰਕਾਰ ਬਣੀ ਹੈ ਅਤੇ ਆਪਣੀ ਸਰਕਾਰ ਬਣੀ ਹੈ। ਇਹ ਬਹੁਤ ਖੁਸ਼ੀ ਦਾ